ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਜੋ ਆਜੋ ਕਰ ਦਿਓ ਸ਼ੇਅਰ ਮੇਰੇ ਵੀਰ। ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਕਿਸਾਨੀ ਮੁੱਦੇ ਤੇ ਵਿਚਾਰ ਕਰਨੀ ਆ। ਸੋ ਸਾਰਿਆਂ ਨੂੰ ਬੇਨਤੀ ਆ ਕਿ ਵੀਡੀਓ ਸ਼ੇਅਰ ਵੀ ਕਰਿਓ ਤੇ ਬੇਨਤੀ ਪ੍ਰਵਾਨ ਵੀ ਕਰਿਓ। ਲੰਮੇ ਸਮੇਂ ਬਾਅਦ ਮੈਂ ਅੱਜ ਲਾਈਵ ਹੋਇਆ। ਵੈਸੇ ਚਲੋ ਆਪਣੇ ਕਿੱਤੇ ਵਾਸਤੇ, ਆਪਣੇ ਕਾਰਜਾਂ ਵਾਸਤੇ ਤੇ ਆਪਾਂ ਹੁੰਦੇ ਹੀ ਆ। ਕਿਸਾਨ ਅੱਜ ਦਿੱਲੀ ਨਾਲ ਫਿਰ ਮੱਥਾ ਲਾਉਣ ਵਾਸਤੇ ਕੂਚ ਕਰ ਦਿੱਤਾ, ਆਪਣੇ ਹੱਕ ਲੈਣ ਵਾਸਤੇ ਦਿੱਲੀ ਨੂੰ ਚਾਲਾ ਪਾ ਦਿੱਤਾ। ਇਹ ਇਕੱਲਾ ਕਿਸਾਨਾਂ ਦਾ ਮੋਰਚਾ ਨਹੀਂ ਰਹਿ ਗਿਆ, ਇਹ ਹੱਕ ਸੱਚ ਦਾ ਮੋਰਚਾ। ਸੋ ਅੱਜ ਤੱਕ ਪੰਜਾਬ ਜਿੱਥੇ ਵੀ ਖੜਦਾ ਆਇਆ, ਲੜਦਾ ਵੀ ਰਿਹਾ ਤੇ ਆਪਣੇ ਹੱਕ ਲੈ ਕੇ ਮੁੜਦਾ ਰਿਹਾ। ਤੇ ਹੁਣ ਵੀ ਆਪਾਂ ਜੇ ਦਿੱਲੀ ਨੂੰ ਜਾ ਰਹੇ ਹਾਂ, ਚਾਲਾ ਪਾਇਆ ਖਾਲਸੇ ਨੇ ਗੁਰਮਤਾ ਕਰਕੇ, ਤੇ ਆਪਣੇ ਹੱਕ ਲੈ ਕੇ ਮੁੜੂਗਾ। ਕਿਉਂਕਿ ਨਾ ਤੇ ਅਸੀਂ ਹੱਕ ਕਿਤੇ ਖਾਧੇ ਕਿਸੇ ਦੇ, ਤੇ ਨਾ ਹੀ ਕਿਸੇ ਨੂੰ ਆਪਾਂ ਖਾਣ ਦਿੱਤੇ ਆ। ਸੋ ਮੈਂ ਸਾਰਿਆਂ ਵੀਰਾਂ ਭਰਾਵਾਂ ਨੂੰ ਇਸ ਗੱਲ ਦੀ ਮੈਂ ਬੇਨਤੀ ਕਰਦਾ ਵੀ ਦਿੱਲੀ ਨੂੰ ਚਾਲਾ ਪਾਓ। ਇਹ ਗੱਲਾਂ ਭੁੱਲ ਕੇ ਵੀ ਉਹਦੀ ਅਗਵਾਈ ਕੌਣ ਕਰਦਾ ਪਿਆ, ਨਾ ਤੇ ਉੱਥੇ ਜਿਨ੍ਹਾਂ ਨੂੰ ਤੁਸੀਂ ਕਾਮਰੇਡ ਦੱਸਦੇ ਆ ਉਹ ਅਗਵਾਈ ਕਰਦੇ, ਇਹ ਮੰਨ ਕੇ ਚੱਲੋ ਵੀ ਉਹਨਾਂ ਦੀ ਅਗਵਾਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹੀ ਕਰੂਗਾ। ਕਿਉਂਕਿ ਅਰਦਾਸਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰੋਂ ਕਰਕੇ ਤੁਰੇ ਆ, ਤੇ ਜਿੱਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਦਾ ਸਿੱਖਾਂ ਦੀ ਝੋਲੀ ਚ ਪਾਈ ਆ, ਤੇ ਗਾਂ ਵੀ ਪਈ ਆ ਤੇ ਗਾਂ ਵੀ ਪੈਂਦੀ ਰਹੇਗੀ। ਸੋ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਘਰਾਂ ਚ ਆ ਉਹ ਜ਼ਰੂਰ ਆਪਣੀ ਜ਼ਿੰਦਗੀ ਦਾ ਸਮਾਂ ਕੱਢ ਕੇ ਤੇ ਸਮੇਂ ਨੂੰ ਸਫਲਾ ਕਰੋ ਤੇ ਦਿੱਲੀ ਵੱਲ ਨੂੰ ਪਹੁੰਚੋ। ਪਹਿਲਾਂ ਵੀ ਆਪਾਂ ਸਾਰੇ ਜਾਣਦੇ ਹਾਂ ਜਦੋਂ ਦਿੱਲੀ ਮੋਰਚੇ ਲੱਗੇ ਸੀ, ਪੈਰ ਪੈਰ ਤੇ ਮੁਸੀਬਤਾਂ, ਪੈਰ ਪੈਰ ਤੇ ਕੰਡੇ ਵਿਛਾ ਕੇ ਉਹਨਾਂ ਵੇਖ ਲਏ ਸੀ। ਉਹਨਾਂ ਨੂੰ ਪਤਾ ਵੀ ਸਿੱਖ ਜਦੋਂ ਤੁਰ ਪੈਂਦਾ ਫਿਰ ਇਹਦਾ ਕੋਈ ਰਾਹ ਨਹੀਂ ਰੋਕ ਸਕਦਾ। ਸੋ ਭਾਈ ਕਿਸਾਨ ਜਿਹੜਾ ਹੈ ਇਹ ਦੇਸ਼ ਦੀ ਰੀੜ੍ਹ ਦੀ ਹੱਡੀ ਆ, ਤੇ ਇਹ ਸਰਕਾਰਾਂ ਨੂੰ ਵੀ ਚਾਹੀਦਾ ਵਾ ਇਹ ਰੀੜ੍ਹ ਦੀ ਹੱਡੀ ਨੂੰ ਸਾਂਭ ਕੇ ਰੱਖ ਲੈਣ, ਚੰਗੀ ਗੱਲ ਆ। ਕਿਉਂਕਿ ਜਿਸ ਦੇਸ਼ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਜਾਂਦੀ ਨਾ, ਉਹ ਦੇਸ਼ ਬਰਬਾਦ ਹੋ ਜਾਂਦਾ। ਤੇ ਜੇ ਇਹ ਭਾਰਤ ਵੱਸਦਾ ਤੇ ਇਹ ਪੰਜਾਬ ਦੇ ਸਦਕੇ ਵੱਸਦਾ ਵਾ, ਇਹ ਪੰਜਾਬੀ ਮਾਂ ਦੇ ਪੁੱਤ ਬਾਰਡਰਾਂ ਤੇ ਲਾ ਲਓ, ਭਾਵੇਂ ਦਿੱਲੀ ਜਿਹੜੇ ਬੜੇ ਬੜੇ ਲੀਡਰ ਜਿਹੜੇ ਆਪਣੇ ਆਪ ਨੂੰ ਖਵਾਉਂਦੇ, ਜਿਹੜੇ ਸਾਡੇ ਸਿਰਾਂ ਤੇ ਹੁਕਮ ਚਲਾਉਂਦੇ ਆ, ਜਾਂ ਜਿਹੜੇ ਸਾਡਾ ਨਿਸ਼ਾਨਾ ਮਿੱਥ ਕੇ ਬੈਠੇ ਵੀ ਇਹ ਅੱਤਵਾਦੀ ਆ ਸਿੱਖ, ਇਹ ਕਿਸਾਨ ਤਾਂ ਦਿਸਦਾ ਕੋਈ ਨਹੀਂ, ਇਹਨਾਂ ਨੂੰ ਦੀਦੇ ਸਾਰੇ ਅੱਤਵਾਦੀ ਆ। ਵੇਖੋ ਜੇ ਆਪਣੇ ਹੱਕ ਲੈਣੇ ਅੱਤਵਾਦੀਆਂ ਦੇ ਹਿੱਸੇ ਆਇਆ ਤਾਂ ਸਮਝ ਲਓ ਫਿਰ ਸਿੱਖ ਸਾਰੇ ਅੱਤਵਾਦੀ ਆ। ਪਹਿਲਾ ਅੱਤਵਾਦੀ ਸਾਡਾ ਬਾਬਾ ਨਾਨਕ ਆ, ਜਿਹਨੇ ਸਾਨੂੰ ਦੱਸਿਆ ਵੀ ਨਾ ਹੱਕ ਰੱਖੋ ਕਿਸੇ ਦਾ ਤੇ ਨਾ ਕਿਸੇ ਨੂੰ ਖਾਣ ਦਿਓ ਫਿਰ। ਸੋ ਭਾਈ ਸਾਰੇ ਆਪੋ ਆਪਣੇ ਪਿੰਡਾਂ ਦੇ ਕੰਮਾਂ ਨੂੰ ਨਿਬੇੜਦੇ ਹੋਏ ਦਿੱਲੀ ਨੂੰ ਚਾਲਾ ਪਾਓ, ਇਹ ਸਾਰਿਆਂ ਦਾ ਫਰਜ਼ ਬਣਦਾ। ਭਾਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਕਈ ਕਾਰਜ ਘਰਾਂ 'ਚ ਆਰੰਭੇ ਆ, ਕੋਈ ਬੱਚਿਆਂ ਦੇ ਵਿਆਹ ਵੀ ਆ ਤੇ ਸੋ ਸਮਾਗਮ ਵੀ ਉਲੀਕੇ ਹੋਏ ਆ। ਉਹਨਾਂ ਦੇ ਨਾਲ ਨਾਲ ਅੱਜ ਆਪਣੇ ਹੱਕ ਬਚਾਉਣ ਵਾਸਤੇ ਜੇ ਆਪਾਂ ਨੂੰ ਜਾਣਾ ਪੈਂਦਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਸਮਾਂ ਕੱਢੀਏ ਤੇ ਦਿੱਲੀ ਨੂੰ ਚਾਲਾ ਪਾਈਏ। ਦਿੱਲੀ ਦੀਆਂ ਰੁਕਾਵਟਾਂ ਜਿਹੜੀਆਂ ਉਹ ਪਹਿਲਾਂ ਵੀ ਕਈ ਰੁਕਾਵਟਾਂ ਆਈਆਂ, ਪੁੱਟ ਪੁੱਟ ਕੇ ਸਿੰਘ ਪਰਾਂ ਸੁੱਟਦੇ ਰਹੇ ਆ। ਸੋ ਪੰਜਾਬ ਵਾਲਿਆਂ ਨੇ ਤੇ ਆਪੇ ਰਾਹ ਦੇ ਦਿੱਤੇ, ਇਹਨਾਂ ਨੂੰ ਪਤਾ ਸੀ ਵੀ ਜੇ ਇਹ ਰੋਕਦੇ ਆ ਤੇ ਇਹਨਾਂ ਨੂੰ ਵੀ ਤਾਂ ਘਾਟਾ ਉਨਾ ਹੀ ਪੈਣਾ, ਜ਼ਮੀਨਾਂ ਇਹਨਾਂ ਦੀਆਂ ਵੀ ਜਾਂਦੀਆਂ, ਹੱਕ ਇਹਨਾਂ ਦੇ ਵੀ ਉਨੇ ਹੀ ਮਾਰੇ ਜਾਂਦੇ ਆ। ਸੋ ਭਗਵੰਤ ਮਾਨ ਨੇ ਵੀ ਚਲੋ ਜਿੰਨਾ ਆਪਣਾ ਰੌਲਾ ਪਾਉਣਾ ਸੀ ਉਹਨੇ ਸਟੇਜ ਤੇ ਪਾਇਆ, ਜਿੰਨਾ ਉਹਦਾ ਜ਼ੋਰ ਲੱਗਦਾ ਉਹਨੇ ਲਾਇਆ। ਪਰ ਅਸਲ ਵਿੱਚ ਤਾਂ ਚਾਹੀਦਾ ਤੇ ਇਹੀ ਵੀ ਹੁਣ ਕੋਈ ਸੂਬੇ ਦਾ ਕੋਈ ਮੁੱਖ ਮੰਤਰੀ ਹੋਵੇ ਤੇ ਐਡੀ ਨਹੀਂ ਗੱਲ ਹੁੰਦੀ ਵੀ ਜੇ ਉਹ ਮੋਦੀ ਨੂੰ ਕਹਿੰਦਾ ਜਾਂ ਕੇਜਰੀਵਾਲ ਨੂੰ ਕਹਿੰਦਾ
ਤੇ ਫਿਰ ਦੁਬਾਰਾ ਉਹਨਾਂ ਨੂੰ ਮੀਟਿੰਗ ਕਰਾਉਂਦਾ ਜਾਂ ਉਹਨਾਂ ਦੇ ਹੱਕ ਲੈਣ ਵਾਸਤੇ ਆਵਾਜ਼ ਬੁਲੰਦ ਕਰਦਾ, ਉਹਦਾ ਫਰਜ਼ ਬਣਦਾ ਜੇ ਉਹਨੂੰ ਵੋਟਾਂ ਪਾ ਕੇ ਸਾਰਿਆਂ ਜਿਤਾਇਆ, ਉਹ ਸਾਰਿਆਂ ਦਾ ਫਰਜ਼ ਬਣਦਾ ਵੀ ਉਹਨੂੰ ਕਿਹਾ, ਪਰ ਉਹਨੇ ਜਿੰਨਾ ਕੁ ਜ਼ੋਰ ਵੱਜਿਆ ਰੁਕੋ ਉਹਨੇ ਮਾਰਿਆ, ਪਰ ਜਿੰਨਾ ਚਾਹੀਦਾ ਸੀ ਉਹਦੇ ਕੋਲ ਨਹੀਂ ਵੱਜ ਸਕਿਆ। ਸੋ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ, ਨਿਭਾਉਂਦੇ ਹੋਏ ਦਿੱਲੀ ਨੂੰ ਪਾ ਦਿਓ ਚਾਲੇ। ਤੇ ਇੱਕ ਬੇਨਤੀ ਹੋਰ ਕਰਨੀ ਤੁਹਾਨੂੰ, ਇਹ ਦਿੱਲੀ ਦਾ ਮੋਰਚਾ ਫਤਿਹ ਹੋਣ ਤੋਂ ਬਾਅਦ ਆਪਾਂ ਆਣ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਔਰ ਸਮੂਹ ਸਿੰਘ ਜਿਹੜੇ ਆ, ਜਿਹੜੇ ਅਸਾਮ ਜੇਲ੍ਹ ਦੇ ਵਿੱਚ ਸੁੱਟੇ ਆ, ਉਹਨਾਂ ਦੀ ਸਾਰਿਆਂ ਦੀ ਆਜ਼ਾਦੀ ਲਈ ਤਾਂ ਜੋ ਘਰ ਆ ਨੂੰ ਜ਼ਮਾਨਤਾਂ ਦਿੱਤੀਆਂ ਜਾਣ, ਘਰ ਆ ਸਕਣ ਤੇ ਫਿਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਅਮਨ ਅਮਾਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਭਰਾ ਸਾਡੇ ਆ ਜਾਣਗੇ, ਤੇ ਭਗਵੰਤ ਮਾਨ ਜੀ ਸਾਨੂੰ ਨਹੀਂ ਪਤਾ ਵੀ ਦੁਨੀਆ ਤੁਹਾਡਾ ਕਿਵੇਂ ਵਿਰੋਧ ਕਰਦੀ ਕਿਵੇਂ ਨਹੀਂ ਕਰਦੀ, ਔਰ ਮੈਂ ਬੋਰਡਰ ਤੁਹਾਨੂੰ ਹੱਥੀ ਪਾਊਂਗਾ ਜੇ ਅੰਮ੍ਰਿਤਪਾਲ ਤੇ ਉਹਦੇ ਨਾਲ ਦੇ ਸਾਥੀ ਜਿਹੜੇ ਆ ਉਹ ਸਾਰਿਆਂ ਨੂੰ ਰਿਹਾਅ ਕਰ ਦਿਓ, ਮੇਰੇ ਕੋਲ ਭਾਵੇਂ ਹੱਥੀ ਬੋਰਡ ਲੈ ਲਿਓ, ਜਿੱਥੇ ਕਹੋਗੇ ਉੱਥੇ ਤੁਹਾਡੇ ਝਾੜੂ ਨੂੰ ਬੋਰਡ ਪਾ ਦੂੰਗਾ। ਪਰ ਇਹ ਬੰਦੇ ਜਿਹੜੇ ਆ ਅਸਾਮ ਜੇਲ੍ਹ 'ਚ ਭੇਜੇ ਆ, ਇਹ ਸਾਰੇ ਭਰਾ ਸਾਡੇ ਵਾਪਸ ਹੋਣੇ ਚਾਹੀਦੇ ਆ। ਮੇਰੇ ਪਰਿਵਾਰ ਦੀਆਂ ਜਿੰਨੀਆਂ ਵੀ ਵੋਟਾਂ ਹੋਣਗੀਆਂ, 10 ਹੋ ਜਾਣ, 15 ਹੋ ਜਾਣ, 20 ਹੋ ਜਾਣ, ਜਿੱਥੇ ਜਿੱਥੇ ਮੇਰੇ ਰਿਸ਼ਤੇਦਾਰ ਹੋਣਗੇ, ਮੈਂ ਸਾਰਿਆਂ ਨੂੰ ਕਹਿ ਕੇ ਭਾਵੇਂ ਹੱਥੀ ਵੋਟਾਂ ਲੈ ਲਿਓ, ਅਸੀਂ ਹੱਥੀ ਵੋਟਾਂ ਦੇਵਾਂਗੇ। ਤੋ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਜਿੰਨੇ ਵੀ ਸਿੰਘ ਜਿਹੜੇ ਆ ਉੱਥੇ ਅਸਾਮ ਭੇਜੇ, ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹਨਾਂ ਦੀਆਂ ਜ਼ਮਾਨਤਾਂ ਕਰਾਈਆਂ ਜਾ ਸਕਣ। ਸੋ ਮੈਂ ਆਸ ਕਰਦਾ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ। ਸੋ ਹੁਣ ਮੈਂ ਮੁੱਦੇ ਤੇ ਆਵਾਂ, ਆਪਣੇ ਪਿੰਡਾਂ 'ਚ ਵੱਸਣ ਵਾਲੇ ਆਪਣੇ ਭੈਣ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ, ਕਿਸੇ ਕੋਲ ਜ਼ਮੀਨ ਆ ਥੋੜ੍ਹੀ, ਕਿਸੇ ਕੋਲ ਆ ਬਹੁਤੀ। ਹੁਣ ਗੱਲ ਜ਼ਮੀਨਾਂ ਦੀ ਨਹੀਂ ਆ, ਹੁਣ ਗੱਲ ਤੇ ਆ ਵੀ ਹੱਲੇ ਮਹੱਲੇ ਮਾਰਨ ਦੀ ਆ। ਉੱਥੇ ਬਹੁਤ ਵੱਡਾ ਕੱਟ ਸਿੰਘਾਂ ਨੇ ਕਰ ਦਿੱਤਾ ਔਰ ਚੜ੍ਹਦੀ ਕਲਾ ਦੇ ਨਾਲ ਦਿੱਲੀ ਵੱਲ ਨੂੰ ਚਾਲਾ ਪਾ ਦਿੱਤਾ ਵਾ, ਉਹ ਜਿਹੜੇ ਘਰਾਂ 'ਚ ਬੈਠੇ ਆ ਨਾ ਉਹ ਵੀ ਹੁਣ ਹੱਲਾ ਹੀ ਮਾਰੋ ਤੇ ਆਓ ਦਿੱਲੀ, ਫਿਰ ਮਿਲਦੇ ਆ ਤੇ ਦਿੱਲੀ ਆਪਣੇ ਹੱਕ ਲੈ ਕੇ ਮੁੜਾਂਗੇ। ਇਹਦੇ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਸਮੇਂ ਸਮੇਂ ਦੇ ਨਾਲ ਦਿੱਲੀ ਦੀ ਧੌਣ ਤੇ ਗੋਡਾ ਰੱਖਣਾ ਪੈਂਦਾ, ਤੇ ਜਿੰਨਾ ਚਿਰ ਧੌਣ ਤੇ ਗੋਡਾ ਰੱਖੀਏ ਨਾ ਉਨਾ ਚਿਰ ਸਾਡੇ ਹੱਕ ਵੀ ਨਹੀਂ ਦਿੰਦੇ। ਸੋ ਆਓ ਚੱਲੀਏ, ਤੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਤੇ ਅਰਦਾਸ ਕਰਕੇ ਆਏ ਹਾਂ ਤੇ ਸਿੰਘ ਵੀ ਅਰਦਾਸ ਕਰਕੇ ਤੁਰੇ ਸੀ, ਇਹ ਦਿੱਲੀ ਪਹਿਲਾਂ ਵੀ ਜਿੱਤ ਕੇ ਮੁੜੇ ਆ ਤੇ ਹੁਣ ਵੀ ਜਿੱਤ ਕੇ ਮੁੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।